كسان دنيا زندہ باد زندہ باد زندہ باد जिंदाबाद مرداباد ਹਾਂਜੀ ਪ੍ਰਧਾਨ ਜੀ ਆਪਾਂ ਮਤਲਬ ਜਥੇਬੰਦੀ ਤਾਂ ਪਹੁੰਚੀ ਹੋਈ ਇੱਥੇ ਪ੍ਰਸ਼ਾਸਨ ਦੇ ਨਾਲ ਕੀ ਗੱਲ ਬਤਾਉਈ ਹੈ ਦੱਸਿਓ ਮੜਾ ਜੀ ਦੇਖੋ ਜਦੋਂ ਤੜਕੇ 4 ਵਜੇ ਧੱਕੇ ਨਾਲ ਪ੍ਰਸ਼ਾਸਨ ਆਇਆ ਕਿਸਾਨਾਂ ਦਾ ਕੀ ਖਰਾਬ ਕਰੀ ਹੋਈ ਆ ਫਸਲ ਧੱਕੇ ਨਾਲ ਕਿਸਾਨਾਂ ਦੇ ਰਾਜ ਜਿਹੜੇ ਕਹਿੰਦੇ ਸੀ ਬਦਲਾ ਇੱਥੇ ਭਗਵੰਤ ਮਾਨ ਦੀ ਸਰਕਾਰ ਆਉ ਲੋਕਾਂ ਦਾ ਰਾਜ ਹੋਊ ਜਨਤਾ ਦਾ ਰਾਜ ਹੋਊ ਕੁਛ ਨਹੀਂ ਇੱਥੇ ਧੱਕੇ ਨਾਲ ਤੜਕੇ ਅਸਲੀਮ ਸਾਹਿਬ 4 ਵਜੇ ਆਏ ਆ ਨਾਲ ਪੁਲਿਸ ਪ੍ਰਸ਼ਾਸਨ ਹੈ ਉਹ ਧੱਕੇ ਨਾਲ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਇੱਥੇ ਪਾਈਪਲਾਈਨ ਪਾਈ ਜਾ ਰਹੀ ਆ ਅੰਗਰੇਜ਼ਾਂ ਨੂੰ ਭੜਾ ਕੀ ਹਾਲ ਕੀਤਾ ਜਾ ਰਿਹਾ ਹੈ ਹੁਣ ਅਸੀਂ ਜਥੇਬੰਦੀ ਤੌਰ ਤੇ ਆਏ ਆ ਆਪਦੇ ਕਾਫਲੇ ਲੈ ਕੇ ਪੁਲਿਸ ਨਾਲ ਭਿੜ ਕੇ ਅਸੀਂ ਇਹ ਕੰਮ ਬੰਦ ਕਰਾਇਆ ਅਸੀਂ ਕੰਮ ਉਹਨਾਂ ਚਿਰ ਚੱਲਣ ਨਹੀਂ ਦੇਵਾਂਗੇ ਜਿੰਨਾ ਚਿਰ ਕਿਸਾਨ ਨਾਲ ਸਹਿਮਤੀ ਨਹੀਂ ਹੁੰਦੀ ਉਸ ਤੋਂ ਪਹਿਲਾਂ ਪ੍ਰਸ਼ਾਸਨ ਗੱਲਬਾਤ ਕਰਨਾ ਚਾਹੁੰਦਾ ਹੈ ਪਰ ਅਸੀਂ ਆਖਿਆ ਪਹਿਲਾਂ ਜਿਹੜੇ ਸਾਡੇ ਅਰੈਸਟ ਕਰੇ ਹੋਏ ਬੰਦੇ ਆ ਉਹ ਇੱਥੇ ਆਉਣ ਉਸ ਤੋਂ ਬਾਅਦ ਗੱਲਬਾਤ ਦਾ ਕੋਈ ਦੌਰ ਚੱਲ ਸਕਦਾ ਨਹੀਂ ਕੋਈ ਮਤਲਬ ਨਹੀਂ ਹੈ ਸਾਨੂੰ ਦਰੜ ਕੇ ਟੱਪ ਜਾਓਗੇ ਤਾਂ ਉਹ ਹੈ ਨਹੀਂ ਆਉਣ ਵਾਲੇ 12 ਵਜੇ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਤੇ ਜਿਹੜੇ ਧਰਨੇ ਹੋਣੇ ਆ ਉਹਨਾਂ 'ਚ ਅਸੀਂ ਵਿਚਾਰਦੇ ਹਾਂ ਵੀ ਕੀ ਕਰਨਾ ਕਹਾਂ ਹੁਣ ਕਿਹੜਾ ਅਸੀਂ ਇੱਥੇ ਕੰਮ ਹੈ ਜਿਹੜਾ ਬੰਦ ਕਰਾਇਆ ਹੋਇਆ।